ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ 'ਚੋਂ ਇੱਕ ਇਹ ਹੈ ਸ਼ਹੀਦ ਸੁਖਦੇਵ ਜੀ ਦਾ ਜਨਮ ਸਥਾਨ, ਜੋ ਕਿ ਲੁਧਿਆਣਾ ਦੇ ਨੌਘਰਾ ਇਲਾਕੇ 'ਚ ਸਥਿਤ ਹੈ। ਜ਼ਿਲ੍ਹਾ ਪ੍ਰਸ਼ਾਸਨ ਹਾਏ 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 ਹਾਏ, ਥਿਸ ਇਜ਼ ਸਾਨੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਜ਼ਿਲ੍ਹਾ ਪ੍ਰਸ਼ਾਸਨ ਹਾਏ 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 ਹਾਏ। ਹੁਣ ਤੁਸੀਂ ਇਸ ਵੀਡੀਓ 'ਤੇ ਨਜ਼ਰ ਮਾਰੋ, ਜਿਸ ਵਿੱਚ ਇੱਕ ਵਿਅਕਤੀ ਨਾਰਾਜ਼ ਹੋ ਕੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਰੇ ਲਾ ਆਪਣਾ ਰੋਸ ਜ਼ਾਹਿਰ ਕਰ ਰਿਹਾ ਹੈ। ਇਸ ਦਾ ਕਹਿਣਾ ਹੈ ਕਿ ਉਹ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਦਾ ਮੈਂਬਰ ਹੈ, ਜਿਸ ਨੇ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਵੀ ਬਣਾਈ ਹੋਈ ਹੈ ਅਤੇ ਇਹ ਸੁਸਾਇਟੀ ਪਿਛਲੇ 15 ਸਾਲਾਂ ਤੋਂ ਸ਼ਹੀਦ ਦੀ ਯਾਦ 'ਚ ਪ੍ਰੋਗਰਾਮ ਕਰਵਾ ਰਹੀ ਹੈ। ਅਤੇ ਹੁਣ ਇਸ ਵਾਰ ਵੀ ਅੱਜ ਇੱਕ ਪ੍ਰੋਗਰਾਮ ਕਰਵਾਉਣਾ ਸੀ, ਜਿਸ ਵਿੱਚ ਸ਼ਹੀਦ ਅਸ਼ਵਾਹੁੱਲਾ ਖਾਨ, ਸ਼ਹੀਦ ਰਾਜਗੁਰੂ, ਸ਼ਹੀਦ ਦੁਰਗਾਵਤੀ ਦੇਵੀ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੀਆਂ ਅਗਲੀ ਪੀੜ੍ਹੀ ਦੀਆਂ ਜੋ ਪਰਿਵਾਰਕ ਮੈਂਬਰ ਨੇ ਉਹ ਵੀ ਪਹੁੰਚ ਰਹੇ ਸਨ। ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਰਾਜਪਾਲ ਸਾਹਿਬ ਅਤੇ ਹਾਈਕੋਰਟ ਦੇ ਜੱਜ ਸਾਹਿਬ ਨੂੰ ਵੀ ਸੱਦਾ ਭੇਜਿਆ ਗਿਆ ਸੀ, ਪਰ ਵਿਸ਼ਾਲ ਨਈਅਰ ਨਾਂ ਦੇ ਇਸ ਵਿਅਕਤੀ ਦੇ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਐਨ ਮੌਕੇ 'ਤੇ ਕੀ ਅੜਿੱਕਾ ਪਾਇਆ, ਸੁਣੋ ਇਸ ਦੀ ਹੀ ਜ਼ੁਬਾਨੀ। ਸਰ, ਸਾਡੀ ਸੰਸਥਾ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ, ਅਸੀਂ ਪਿਛਲੇ 15 ਸਾਲਾਂ ਤੋਂ ਹਮੇਸ਼ਾ ਸ਼ਹੀਦ ਸੁਖਦੇਵ ਜੀ ਦੀ ਯਾਦ 'ਚ ਹਰ ਸਾਲ ਪ੍ਰੋਗਰਾਮ ਕਰਾਉਂਦੇ ਆਏ ਹਾਂ। ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਕਿ ਹਰ ਸਾਲ ਅਸੀਂ ਪ੍ਰੋਗਰਾਮ ਕਰਾਉਂਦੇ ਹਾਂ, ਤੁਹਾਨੂੰ ਉਦੋਂ ਨਹੀਂ ਯਾਦ ਆਇਆ ਕਿ ਫਰਜ਼ੀ ਕੌਣ ਹੈ, ਨਕਲੀ ਕੌਣ ਹੈ, ਅਸਲੀ ਕੌਣ ਹੈ? ਮੈਨੂੰ ਤਾਂ 10 ਸਾਲ ਹੋ ਗਏ ਕਹਿੰਦਿਆਂ ਨੂੰ ਕਿ ਅਸ਼ੋਕ ਥਾਪਰ ਦਾ ਸ਼ਹੀਦ ਸੁਖਦੇਵ ਦੇ ਪਰਿਵਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇੱਥੇ ਇਨਕੁਆਇਰੀਆਂ ਵੀ ਚੱਲੀਆਂ, 2022 'ਚ ਵੀ ਇੱਥੇ ਇਨਕੁਆਇਰੀ ਚੱਲੀ, ਮਿਲਿਆ ਤਾਂ ਮਿਲਿਆ ਕਿ ਮੈਨੂੰ ਲੋਲੀਪੋਪ। 8 ਮਹੀਨੇ ਬਾਅਦ ਕਹਿ ਤਾਂ ਗਿਆ ਜੀ ਕਿ ਤੁਸੀਂ ਪੁਲਿਸ ਕਮਿਸ਼ਨਰ ਕੋਲ ਜਾਓ, ਇਹ ਪੁਲਿਸ ਕਮਿਸ਼ਨਰ ਦਾ ਮੈਟਰ ਹੈ। ਕਿਉਂ ਜੀ? ਕਿਆ ਸ਼ਹੀਦ ਸੁਖਦੇਵ ਜੀ ਦੇ ਵਾਰਸਾਂ ਦਾ ਸੱਚ ਔਰ ਅਸਲੀ ਦਾ ਜਿਹੜਾ ਫਰਜ਼ੀਵਾੜਾ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਕਿ ਪੁਲਿਸ ਕਮਿਸ਼ਨਰ ਮਿਲੇਗਾ? 2 ਵਾਰ ਮੈਂ ਇੱਥੇ ਧਰਨੇ 'ਤੇ ਬੈਠਾ ਰਿਹਾ, ਭੁੱਖੜ ਦਲ 'ਤੇ ਬੈਠਾ ਰਿਹਾ, DC ਰਾਹੁਲ ਝਾਬਾ, ADC ਰਾਹੁਲ ਝਾਬਾ ਔਰ SDM ਈਸਟ ਗੁਰਸਿਮਰਤ ਸਿੰਘ ਮਾਂਡ ਨੇ ਮੈਨੂੰ ਦਿੱਤਾ ਕਿ ਸਰ ਉਹ ਲੋਲੀਪੋਪ। ਜਦੋਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਆ ਕੇ ਲੋਲੀਪੋਪ ਦਿੱਤੇ, ਪਤਾਸੇ ਵੰਡੇ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਚਾਹੇ ਉਹ ਲੁਧਿਆਣੇ ਦਾ ਹੈ, ਚਾਹੇ ਖਟਕੜ ਕਲਾਂ ਦਾ ਹੈ, ਚਾਹੇ ਫਿਰੋਜ਼ਪੁਰ ਦਾ ਹੈ, RTI ਦੀ ਕਾਪੀਆਂ ਮੇਰੇ ਕੋਲ ਪਈਆਂ। ਮੈਂ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਉਹ ਵੀ ਜਾਣੂ ਕਰਾਊਂਗਾ ਕਿ ਉਹਦੇ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਜੀ ਮੇਰੇ ਕੋਲ ਭਗਤ ਸਿੰਘ ਔਰ ਸੁਖਦੇਵ ਦੇ ਵਾਰਸਾਂ ਦਾ ਰਿਕਾਰਡ ਨਹੀਂ ਹੈ। ਅਗਰ ਤੁਹਾਡੇ ਕੋਲ ਰਿਕਾਰਡ ਨਹੀਂ ਹੈ, ਕਿਆ ਉਹ ਸਰਕਾਰ ਦਾ ਰਿਸ਼ਤੇਦਾਰ ਹੈ, ਜ਼ਿਲ੍ਹਾ ਪ੍ਰਸ਼ਾਸਨ ਦਾ ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਤੁਸੀਂ ਸਨਮਾਨ ਕਰਦੇ ਹੋ ਸਟੇਜਾਂ 'ਤੇ ਬੁਲਾ ਬੁਲਾ ਕੇ, ਉਹ ਕਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਅਵਾਰਡ ਲਿਆ ਆ? ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੱਸੇ ਨਾ, ਉਸ ਮੌਕੇ ਦਾ ਜਿਹੜਾ ਇੱਥੇ ਜ਼ਿਲ੍ਹਾ ਅਧਿਕਾਰੀ ਬੈਠਾ ਸੀ, ਜ਼ਿਲ੍ਹਾ ਡਿਪਟੀ ਕਮਿਸ਼ਨਰ ਜਿਹੜਾ ਬੈਠਾ ਸੀ, ਉਹਨੇ ਕਿੱਦਾਂ ਅਸ਼ੋਕ ਥਾਪਰ ਦਾ ਨਾਮ ਪਾ ਕੇ ਨਰਿੰਦਰ ਭਾਈ ਮੋਦੀ ਜੀ ਤੋਂ ਪ੍ਰਧਾਨ ਮੰਤਰੀ ਜੀ ਦਾ ਅਵਾਰਡ ਦਵਾ ਦਿੱਤਾ? ਅੱਜ ਅਸੀਂ ਨਮਸਤਕ ਹੋਣ ਜਾ ਰਹੇ ਸੀਗੇ, ਠੀਕ ਹੈ ਜੀ, ਉਹ ਜਦਕਿ ਉਹ ਜਗ੍ਹਾ ਪੰਜਾਬ ਸਰਕਾਰ ਨੂੰ ਸਮਰਪਿਤ ਹੈ ਔਰ ਉਹ ਮਕਾਨ ਸੁਰੱਖਿਅਤ ਘੋਸ਼ਿਤ ਕੀਤਾ ਗਿਆ, ਉਸ ਨੋਟੀਫਿਕੇਸ਼ਨ ਦੀ ਕਾਪੀ 'ਚ ਮੇਰੇ ਨਾਨਾ ਜੀ ਦਾ ਨਾਮ ਹੈ ਪ੍ਰਕਾਸ਼ ਚੰਦ ਥਾਪਰ, ਮੇਰੇ ਨਾਨਾ ਜੀ ਹੈ ਜੀ ਪ੍ਰਕਾਸ਼ ਚੰਦ ਥਾਪਰ। CM ਸਾਹਿਬ ਨੇ ਇਹ ਕਹਿੰਦੇ ਜੀ ਕਿ ਅਸੀਂ ਸੁਖਦੇਵ ਜੀ ਦੇ ਰਾਹ ਨੂੰ ਉੱਥੇ ਧਰਨਾ ਲਾਉਣ ਗਏ ਸੀ। ਮੈਂ ਅਸ਼ੋਕ ਥਾਪਰ ਜੀ ਨੂੰ ਪੁੱਛਣਾ ਚਾਹੁੰਦਾ, ਤੁਹਾਡੀਆਂ ਤਾਂ ਆਪਣੀਆਂ ਉੱਥੇ 8 ਪ੍ਰੋਪਰਟੀਆਂ ਨੇ,
ਅੱਜ ਤੱਕ ਤੁਸੀਂ ਸੁਖਦੇਵ ਜੀ ਦੇ ਘਰ ਲਈ ਕੀਤਾ ਕੀ ਹੈ, ਕੀ ਇਤਿਹਾਸ ਤੁਸੀਂ ਕੀਤਾ, ਕਿੰਨੇ ਸ਼ਹੀਦ ਪਰਿਵਾਰਾਂ ਨੂੰ, ਕਿੰਨੇ ਫਰੀਡਮ ਫਾਈਟਰ ਪਰਿਵਾਰਾਂ ਨੂੰ ਤੁਸੀਂ ਅੱਜ ਤੱਕ ਸਨਮਾਨ ਕੀਤਾ, ਮੈਨੂੰ ਇਹ ਤਾਂ ਦੱਸ ਦਿਓ। ਕਿਉਂ ਤੁਸੀਂ ਸੁਖਦੇਵ ਜੀ ਦੇ ਨਾਮ 'ਤੇ ਰਾਜਨੀਤਿਕ ਰੋਟੀਆਂ ਖਾ ਰਹੇ ਹੋ? ਕਿੰਨੀ ਦੇਰ ਸ਼ਹੀਦ ਦੇ ਨਾਮ 'ਤੇ ਰੋਟੀਆਂ ਖਾਓਗੇ? ਅਗਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਨਹੀਂ ਹਾਂ, ਮੈਂ ਵਿਸ਼ਾਲ ਨਈਅਰ ਦੋਤਾ ਸੁਖਦੇਵ ਦਾ ਨਹੀਂ ਹੈ, ਅਤੇ ਇਹ ਸਾਰੇ ਪਰਿਵਾਰ ਮੇਰੇ ਕੋਲ ਲੁਧਿਆਣੇ ਕਿੱਦਾਂ ਆ ਗਏ? ਚਾਬੀ ਜੋ ਹੈ ਉਹ ਰੱਖਣਾ ਚਾਹੀਏ ਪ੍ਰਸ਼ਾਸਨ ਕੋਲ। ਫਿਰ ਜਿਹੜੀ ਉਸ ਘਰ ਦੀ ਜਿਹੜੀ ਚਾਬੀ ਹੈ ਉਹ ਜ਼ਿਲ੍ਹਾ ਅਧਿਕਾਰੀ ਕੋਲ ਹੋਣੀ ਚਾਹੀਦੀ ਹੈ, ਔਰ ਉੱਥੇ ਦੇ ਪ੍ਰਸ਼ਾਸਕ ਅਧਿਕਾਰੀ ਉਹ ਸ਼ੋਕ ਥਾਪਰ ਕੋ ਕਿਵੇਂ ਹੈ? ਇਹ ਸਾਰੇ ਪਰਿਵਾਰ ਅਸ਼ਫਾਕੁੱਲਾ ਖਾਨ ਜੀ ਦੇ ਪਰਿਵਾਰ ਤੋਂ ਆਏ ਨੇ, ਇਹ ਰਾਜਗੁਰੂ ਜੀ ਦੇ ਨੇ, ਇਹ ਦੁਰਗਾ ਭਾਬੀ ਜੀ ਦੇ ਪਰਿਵਾਰ ਤੋਂ ਨੇ, ਸ਼੍ਰੀ ਚੰਦਰ ਸ਼ੇਖਰ ਆਜ਼ਾਦ ਜੀ ਦੇ ਪਰਿਵਾਰ ਤੋਂ ਨੇ। ਕਿਆ ਅਸੀਂ ਉੱਥੇ ਨਮਸਤਕ ਹੋਣ ਜਾ ਨਹੀਂ ਜਾ ਸਕਦੇ? ਸਰ ਅੱਜ ਡਿਮਾਂਡਸ ਕੀ ਲੈ ਕੇ ਆਏ ਹੋ? ਸਰ ਕੱਲ੍ਹ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ, ਆਨਰੇਬਲ ਪੰਜਾਬ ਹਰਿਆਣੇ ਦੇ ਗਵਰਨਰ ਸਾਹਿਬ ਆ ਰਹੇ ਸੀਗੇ, ਇੱਥੋਂ ਕੰਸੈਂਟ ਭੇਜਿਆ ਗਿਆ ਜੀ ਕਿ ਇਹਨਾਂ ਦਾ ਕੋਈ ਡਿਸਪਿਊਟ ਹੈ। ਮੈਨੂੰ ਡਿਸਪਿਊਟ ਤਾਂ ਦੱਸੋ ਨਾ ਕਾਹਦਾ ਹੈ ਜੀ, ਮੈਂ ਤਾਂ ਡਿਸਪਿਊਟ ਹੀ ਨਹੀਂ ਦੱਸ ਪਾ ਰਿਹਾ ਕਿ ਡਿਸਪਿਊਟ ਹੈ ਕਾਹਦਾ। ਅਸ਼ੋਕ ਥਾਪਰ ਨੇ ਸਵੇਰੇ ਪੁਲਿਸ ਅਫਸਰ ਉੱਥੇ ਗਏ ਨੇ ਜੀ, ਉਹ ਕਹਿੰਦੇ ਜਾਓ ਜਾ ਕੇ ਮੱਥਾ ਟੇਕੋ, ਮੈਨੂੰ ਕਹਿੰਦੇ ਜੀ ਜਾਓ ਜਾ ਕੇ ਮੱਥਾ ਟੇਕੋ, ਉੱਥੇ ਹਾਈ ਕੋਰਟ ਦੇ ਜੱਜ ਸਾਹਿਬ ਉੱਥੇ ਜਾਣ ਨੂੰ ਤਿਆਰ ਬੈਠੇ ਨੇ ਮੱਥਾ ਟੇਕਣ। ਕਿਆ ਇਹ ਸਰਕਾਰ ਤੋਂ ਵੱਡਾ ਔਰ ਕਾਨੂੰਨ ਤੋਂ ਵੱਡਾ ਹੋ ਗਿਆ ਕਿਆ? ਅਸ਼ੋਕ ਥਾਪਰ ਉੱਥੇ ਜਾ ਕੇ ਨੌਟੰਕੀਆਂ ਕਰਦਾ ਪ੍ਰਸ਼ਾਸਨ ਸੀਐਮ ਸਾਹਿਬ ਦੀ ਕੋਠੀ ਦੇ ਬਾਹਰ? ਜੇ ਹੈ ਤਾਂ ਮੈਂ ਅੱਜ ਤੁਹਾਨੂੰ ਚੈਲੰਜ ਕਰਦਾ, ਮੈਂ ਇੱਥੇ ਕੁਰਸੀਆਂ ਡਾ ਕੇ ਬੈਠੂੰਗਾ 24 ਤਰੀਕ ਨੂੰ। ਅੱਜ ਉਹਨਾਂ ਨੇ 10 ਦਿਨ ਘੱਟ ਸਮਾਂ ਦਿਆ ਹੈ, ਠੀਕ ਹੈ ਜੀ। 24 ਤਰੀਕ ਨੂੰ ਮੈਂ ਇੱਥੇ DC ਦਫ਼ਤਰ ਦੇ ਬਾਹਰ ਕੁਰਸੀਆਂ ਡਾਊਂਗਾ, ਇੱਕ ਕੁਰਸੀ 'ਤੇ ਆਪ ਬੈਠੂੰਗਾ, ਇੱਕ ਕੁਰਸੀ 'ਤੇ ਅਸ਼ੋਕ ਥਾਪਰ ਆਵੇ, ਇੱਕ 'ਤੇ ਉਹਦਾ ਮੁੰਡਾ ਆਵੇ ਤ੍ਰਿਭੂਵਨ ਥਾਪਰ, ਕਾਗਜ਼ ਪੱਤਰ ਲੈ ਕੇ ਇੱਥੇ ਸਾਬਤ ਕਰੇ DC ਆਫਿਸ ਦੇ ਬਾਹਰ ਮੈਂ ਸੁਖਦੇਵ ਦਾ ਰਿਸ਼ਤੇਦਾਰ ਹਾਂ। ਹਾਂਜੀ ਸਰ, ਸਾਨੂੰ ਤਾਂ ਇਹੀ ਆਸ਼ਵਾਸਨ ਦਿੱਤਾ ਗਿਆ ਕਿ ਤਾਲਾ ਖੋਲ੍ਹ ਦਿੱਤਾ ਗਿਆ। ਦੂਰੋਂ ਦੂਰੋਂ ਲੋਕ ਮਹਾਰਾਸ਼ਟਰ ਤੋਂ, ਬਿਹਾਰ ਤੋਂ, UP ਤੋਂ, ਮੱਧ ਪ੍ਰਦੇਸ਼ ਤੋਂ ਲੋਕ ਸਾਡੇ ਪ੍ਰੋਗਰਾਮ 'ਤੇ ਆਏ ਨੇ, ਆਪਣੇ ਆਪਣੇ ਖਰਚਿਆਂ 'ਤੇ ਆਏ ਨੇ। ਹਾਂਜੀ ਸਾਨੂੰ ਅੱਜ ਸੁਣਨ ਨੇ ਕਿ ਮਿਲ ਰਿਹਾ ਤੁਸੀਂ ਫਰਜ਼ੀ ਹੋ। ਮੁਝੇ ਅਸ਼ਫਾਕੁੱਲਾ ਖਾਂ ਕਹਿੰਦੇ ਹੈ, ਮੇਰੇ ਪਰਿਵਾਰ ਮੇ ਕਾਕੋਰੀ ਐਕਸ਼ਨ ਬਹੁਤ ਬੜੀ ਘਟਨਾ ਥੀ ਬ੍ਰਿਟਿਸ਼ ਸਮੇਂ ਮੇ, ਉਸਮੇ ਸ਼ਹੀਦ ਅਸ਼ਫਾਕੁੱਲਾ ਖਾਂ ਕੋ, ਪੰਡਿਤ ਰਾਮ ਪ੍ਰਸ਼ਾਦ ਬਿਸਮਿਲ ਔਰ ਰੋਸ਼ਨ ਸਿੰਘ ਕੋ ਫਾਂਸੀ ਹੋਈ ਥੀ ਦੇਸ਼ ਕੀ ਆਜ਼ਾਦੀ ਕੇ ਲੀਏ। ਮੈਂ ਸ਼ਾਹਜਹਾਂਪੁਰ ਉੱਤਰ ਪ੍ਰਦੇਸ਼ ਸੇ ਹਾਜ਼ਰ ਹੁਆ ਹੂੰ। ਵਿਸ਼ਾਲ ਜੀ ਅਕਸਰ ਪ੍ਰੋਗਰਾਮ ਕਰਤੇ ਰਹੇ ਹੈ ਸ਼ਹੀਦ ਸੁਖਦੇਵ ਸਿੰਘ ਜੀ ਪਰ, ਔਰ ਇਸ ਪੇ ਬਹੁਤ ਸੇ ਪਰਿਵਾਰ ਆਜ ਆਏ ਹੈ। ਅੱਜ ਹਮ ਸਭ ਲੋਕ ਮੈਡਮ ਸੇ ਯਹੀ ਬਾਤ ਕਰਨੇ ਆਏ ਹੈ ਕਿ ਐਸੇ ਹੀ ਸ਼ਹੀਦ ਪਰਿਵਾਰ ਜੋ ਚੰਦਰਸ਼ੇਖਰ ਆਜ਼ਾਦ ਕਾ ਥਾ, ਉਸਕੇ ਵੀ ਕੁਛ ਲੋਕ ਲਖਨਊ ਮੇ ਪਾਪਨ ਮੇ ਫਰਜ਼ੀ ਲੋਕ ਥੇ, ਹਮਨੇ ਉਸਕਾ ਕਹਾ ਕਿ ਫਰਜ਼ੀ ਲੋਕ ਨਹੀਂ ਆਉਣਾ ਚਾਹੀਏ, ਸਹੀ ਲੋਕ ਆਉਣਾ ਚਾਹੀਏ, ਔਰ ਅੱਜ ਹਮ ਸਭ ਲੋਕ ਪਰਿਵਾਰ ਕੇ ਲੋਕ ਆਏ ਹੈ। ਮੈਡਮ ਨੇ 10 ਦਿਨ ਕਾ ਸਮੇਂ ਕਹਾ ਹੈ ਕਿ ਹਮ ਇਸਕੋ ਸਾਰਟ ਆਊਟ ਕਰੇਂਗੇ ਕਿ ਹਮ ਸਹੀ ਆਦਮੀ ਕੋ ਇਸਕਾ ਹੱਕ ਦਿਲਾ ਪਾਏ, ਜੋ ਲੋਕ ਸ਼ਹੀਦੋ ਕੇ ਪ੍ਰਤੀ ਸਨਮਾਨ ਔਰ ਆਪਣੀ ਸ਼ਰਧਾਂਜਲੀ ਰੱਖਤੇ ਹੈ। ਕਰਮੋ ਮੈਂ ਬੁਲਾਤੇ ਰਹੇ ਹੈ ਔਰ ਵੋ ਹਮ ਲੋਕ ਕੋ ਯਹਾਂ ਯਾਦ ਕਰਤੇ ਹੈ, ਤੋ ਸਭ ਪਰਿਵਾਰ ਯਹਾਂ ਆਤੇ ਹੈ। ਮੁਝੇ ਇਸ ਬਾਤ ਕਾ ਅੱਜ ਉਮੀਦ ਹੈ ਕਿ ਇਹ ਜਲਦੀ ਫਰਦੀ ਵਾੜਾ ਖਤਮ ਹੋਗਾ ਔਰ ਸ਼ਹੀਦੋ ਕੋ ਸਹੀ ਸ਼ਰਧਾਂਜਲੀ ਉਨਕੇ ਸਹੀ ਪਰਿਵਾਰ ਕੇ ਦੁਆਰਾ ਔਰ ਦੇਸ਼ ਕੇ ਦੁਆਰਾ ਦੀ ਜਾਏਗੀ। ਦੂਜੇ ਪਾਸੇ ਦੂਜੀ ਧਿਰ ਅਸ਼ੋਕ ਥਾਪਰ ਦਾ ਕੀ ਕਹਿਣਾ ਹੈ ਉਹ ਵੀ ਸੁਣ ਲਓ। ਕੋਈ ਰੌਲਾ ਨਹੀਂ, ਕੋਈ ਲੋਕ ਉਹਦਾ ਨਾਂ ਨੂੰ ਗੁੰਮਰਾਹ ਕਰ ਰਹੇ ਆ। ਅਸੀਂ ਕਿਸੇ ਨੂੰ ਅੱਜ ਤੱਕ ਰੋਕਿਆ ਨਹੀਂ ਇੱਥੇ ਮੱਥਾ ਟੇਕਣ ਨੂੰ। ਇਹਦੇ ਵਿੱਚ ਜਿਹੜਾ ਕੰਮ ਅੰਦਰ ਲਾਇਆ ਸੈਂਟਰ ਸਰਕਾਰ ਵੱਲੋਂ ASI ਦੇ ਅੰਡਰ ਹੈ ਅੰਦਰਲਾ, ਜਿਹੜਾ ਬਾਹਰਲਾ ਜਿਹੜਾ ਹੈ ਸਾਰਾ ਅਸੀਂ ਰੈਨੋਵੇਸ਼ਨ ਕਰਾਈ ਹੈ, ਉਹਦੀ ਚਾਬੀ ਮੇਰੇ ਕੋਲ ਹੈ। ਕੱਲ੍ਹ ਦੁਨੀਆ ਭਰ ਦੇ ਲੋਕ ਇੱਥੇ ਆਏ, ਬਾਹਰੋਂ ਵੀ ਆਇਆ, BJP, ਕਾਂਗਰਸ, ਅਕਾਲੀ,
ਝਾੜੂ ਵਾਲੇ ਸਭ ਬੰਦੇ ਆਏ ਆ, ਸਾਰਿਆਂ ਨੇ ਇੱਥੇ ਮਨ ਨਮਸਤਕ ਹੋਇਆ, ਕਿਸੇ ਨੂੰ ਕੋਈ ਦਿੱਕਤ ਨਹੀਂ। ਚਾਹ ਪਾਣੀ ਦਾ ਵੀ ਅਸੀਂ ਇੰਤਜ਼ਾਮ ਇੱਥੇ ਕਰਦੇ ਹਾਂ। ਹੁਣ ਵੀ ਸਾਨੂੰ ਡਿਪਟੀ ਕਮਿਸ਼ਨਰ ਮੈਡਮ ਦਾ ਫੋਨ ਆਇਆ ਕਿ ਹਾਈ ਕੋਰਟ ਦੇ ਜੱਜ ਆ ਰਹੇ ਆ। ਅਸੀਂ ਕਿਹਾ ਮੋਸਟ ਵੈਲਕਮ, ਜੱਜਾਂ ਨੇ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ। ਇੱਦਾਂ ਤਾਂ ਮੈਨੂੰ ਆਹ ਦੇਖੋ ਹਾਈ ਕੋਰਟ ਦੇ ਚੀਫ ਜਸਟਿਸ ਔਰ ਸੁਪਰੀਮ ਕੋਰਟ ਦੇ ਜੱਜਾਂ ਨੇ ਸਾਨੂੰ ਇਹ ਬੁੱਕਸ ਇੱਥੇ ਆ ਕੇ ਸਨਮਾਨਿਤ ਕੀਤੀਆਂ। ਕਿਉਂ ਕੀਤੀਆਂ? ਮੈਂ ਉਹਨੂੰ ਦੇਖਭਾਲ ਕਰਦਾ, ਮੈਂ ਉਹਦਾ ਵੰਸ਼ਜ, ਇਸ ਕਰਕੇ ਦੇਖ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ। ਹੁਣ ਇਹ ਜਿਹੜਾ ਆਪਣੇ ਆਪ ਨੂੰ ਡੀ ਸੀ ਸਾਹਿਬ ਪ੍ਰਸ਼ਾਸਨ ਨੂੰ ਇਹ ਧਮਕੀਆਂ ਦੇ ਰਿਹਾ ਕਿ ਮੈਂ ਭੁੱਖ ਹੜਤਾਲ ਰੱਖੂੰਗਾ। ਭੁੱਖ ਹੜਤਾਲ ਰੱਖੇ ਸਾਡੇ ਨਾਂ ਦਾ ਜਿਹਾ, ਅਸੀਂ ਹੱਕ ਦਾ ਦਾਵਾ ਵੀ ਕਰਾਂਗੇ, ਹਾਈ ਕੋਰਟ ਵੀ ਜਾਵਾਂਗੇ, ਸੁਪਰੀਮ ਕੋਰਟ ਵੀ ਜਾਵਾਂਗੇ। ਹਾਈ ਕੋਰਟ 'ਚੋਂ ਇਹ ਡਿਨਾਈ ਹੋ ਚੁੱਕਾ ਦੋ ਵਾਰ। ਵਰਿੰਦਰ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਸੀਗੇ, ਉਹਦਾ ਤੋਂ ਇਹ ਪੈਟਰੋਲ ਪੰਪ ਗੈਸ ਮੰਗਦਾ, ਗੈਸ ਏਜੰਸੀ ਮੰਗਦਾ ਸੀ। ਉਹਨੇ ਕਿਹਾ ਤੂੰ ਸਾਬਤ ਕਰ, ਉਹ ਸਾਬਤ ਨਹੀਂ ਕਰ ਸਕਿਆ। ਉਹ ਹਾਈ ਕੋਰਟ ਦੇ ਵਿੱਚੋਂ 2020 'ਚ ਇੱਕ ਵਾਰੀ ਰਿਜੈਕਟ ਹੋਇਆ, 2021 'ਚ ਰਿਜੈਕਟ ਹੋ ਗਿਆ। ਉਹਦੀਆਂ ਕਾਪੀਆਂ ਜੀ ਸਾਰੇ ਪ੍ਰਸ਼ਾਸਨ ਅਧਿਕਾਰੀਆਂ CM ਪ੍ਰਾਈਮ ਮਿਨਿਸਟਰ ਤੱਕ ਭੇਜਤੀਆਂ ਕਿ ਇਹ ਬੰਦਾ ਡਿਨਾਈ ਉਹਦੇ ਨਾਂ ਨੂੰ ਯੂਜ਼ ਕਰ ਰਿਹਾ, ਆਪਣੇ ਆਪ ਨੂੰ ਨਾਤੀ ਦੱਸ ਰਿਹਾ। ਉਹ ਨਾਤੀ ਨਹੀਂ, ਹੁਣ ਪ੍ਰਸ਼ਾਸਨ ਨੂੰ ਹਰ ਵਾਰੀ ਨਾ ਉੱਥੇ ਧਰਨੇ ਦਾ ਰੋਪ ਦੇ ਦਿੰਦਾ, ਧਰਨਾ ਦੇ ਦਿੰਦਾ। ਧਰਨਾ ਦੇ ਦੇਵੇ, ਦੁਨੀਆ ਦਿੰਦੀ ਹੈ ਧਰਨੇ ਸਹੀ ਹੱਕ ਲਈ। ਅਸੀਂ ਵੀ ਇਹਦੇ ਹੱਕ ਲਈ, ਸਟੇਸ਼ਨ ਦਾ ਨਾਂ ਰੱਖਣ ਲਈ ਔਰ ਇਹਦਾ ਸਿੱਧਾ ਰਸਤਾ ਦੇਣ ਲਈ ਅਸੀਂ ਚੰਡੀਗੜ੍ਹ ਦੇ ਵਿੱਚ CM ਸਾਹਿਬ ਦੀ ਕੋਠੀ ਧਰਨਾ ਦਿੱਤਾ। ਅਸੀਂ ਆਪਣੇ ਨਹੀਂ ਮੰਗੀਆਂ ਮੰਗਾਂ, ਅਸੀਂ ਸੁਖਦੇਵ ਥਾਪਰ ਲਈ ਮੰਗੀਆਂ ਕਿ ਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਤਿੰਨ ਜਿਸਮ ਇੱਕ ਜਾਨ ਸੀ, ਸਰਦਾਰ ਭਗਤ ਸਿੰਘ ਲਈ ਏਅਰਪੋਰਟ ਦਾ ਨਾਂ ਰੱਖਿਆ ਜਾ ਸਕਦਾ, ਕਰਤਾਰ ਸਿੰਘ ਉਧਮ ਦੇ ਦਾ ਏਅਰਪੋਰਟ ਦਾ ਨਾਂ ਰੱਖਿਆ ਜਾ ਸਕਦਾ, ਇਹਦੇ ਲਈ ਸਟੇਸ਼ਨ ਦਾ ਨਾਂ ਨਹੀਂ ਰੱਖਿਆ ਜਾ ਸਕਦਾ। ਕਿਉਂ? ਕਿ ਇਹਨੂੰ ਅਲੱਗ ਕਰਨ ਦੀ ਕੋਸ਼ਿਸ਼ ਨਾ ਕਰੋ। ਕੁਛ ਲੋਕ ਇਹਦੇ ਨਾਂ ਦਾ ਫਾਇਦਾ ਉਠਾਉਂਦੇ ਆ, ਮੈਂ ਉਹਦੇ ਬਿਲਕੁਲ ਐਂਟੀ ਹਾਂ। ਹੁਣ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਫੋਨ ਆਉਂਦਾ ਕਿ ਜੀ ਚਾਬੀ ਖੋਲ, ਅਸੀਂ ਰਸਤਾ ਖੋ, ਚਾਬੀ ਖੁੱਲੀ ਹੈ। ਔਰ ਜਿਹੜਾ ਅੰਦਰ ਲੈ ਉਹ ਆਰਕੋਲੋਜੀ ਦਾ ਬੰਦਾ, 15 ਅਗਸਤ ਤੋਂ ਬਾਅਦ ਛੁੱਟੀ ਦਾ ਦਿਹਾੜਾ ਹੁੰਦਾ, ਉਹ ਛੁੱਟੀ ਦੇ ਗਿਆ। ਅਸੀਂ ਉਹਦਾ, ਸਾਡਾ ਇਹਦੇ 'ਚ ਕੀ ਕਸੂਰ ਹੈ ਦੱਸੋ? ਔਰ ਸਾਡੇ ਨਾਂ ਨੂੰ ਗੁੰਮਰਾਹ ਕਰ ਰਿਹਾ। ਮੈਂ ਹਾਈ ਕੋਰਟ ਵੀ ਜਾਵਾਂਗਾ, ਸੁਪਰੀਮ ਕੋਰਟ ਵੀ ਜਾਵਾਂਗਾ ਕਿ ਜਿਹੜਾ ਮੇਰਾ ਹੱਕਤ ਦਾ ਦਾਅਵਾ ਕੀਤਾ, ਮੈਂ ਹੱਕਤ ਦਾ ਦਾਅਵਾ ਕਰੂੰਗਾ ਔਰ ਇਹ 'ਤੇ ਕੇਸ ਕਰੂੰਗਾ ਕਿ ਇਹ ਬੰਦਾ ਸਾਡੇ ਨਾਲ ਨਜਾਇਜ਼ ਕਰ ਰਿਹਾ, ਨਜਾਇਜ਼ ਸਾਡਾ ਨਾਂ ਦਾ ਕਰ ਰਿਹਾ। ਔਰ ਇੱਥੇ ਲਈ ਦਰਵਾਜ਼ੇ ਬਾਹਰਲੇ ਖੁੱਲ੍ਹੇ ਆ, ਚਾਹੇ ਰਾਤੀ 11 ਵਜੇ ਬੱਚੇ ਆਉਂਦੇ, ਉਹਨਾਂ ਲਈ ਮੈਂ ਦਰਵਾਜ਼ਾ ਖੋਲ੍ਹਦਾ। ਮੈਂ ਇੱਥੇ ਹਾਂ ਇਸ ਕਰਕੇ, ਮੈਂ ਕਿਸੇ ਨੂੰ ਨਾਂ ਨਹੀਂ ਕਰਦਾ ਇੱਥੇ। ਹੁਣ ਇਹ ਇਸ਼ੂ ਬਣਾਇਆ ਕਿ ਹਾਈ ਕੋਰਟ ਦੇ ਭੋਪਾਲ ਦੇ ਜੱਜ ਆ ਰਹੇ ਆ, ਮੋਸਟ ਵੈਲਕਮ, ਜਦੋਂ ਮਰਜ਼ੀ ਆਉਣ, ਪਰ ਉਹ ਨਾਲ ਹੋਵੇ ਤਾਂ ਉਹ ਯੂਜ਼ ਕਰੇਗਾ। ਜੱਜ ਸਾਹਿਬ ਮੇਰੀ ਗੱਲ ਵੀ ਸੁਣ ਲਓ, ਜੇ ਤੁਸੀਂ ਨਾਲ ਆ ਰਹੇ ਮੇਰੀ ਵੀ ਸੁਣ ਲਓ ਗੱਲ, ਅਤੇ ਮੈਂ ਵੀ ਸਹੀ ਹਾਂ, ਮੇਰੀ ਗੱਲ ਸੁਣੋਗੇ ਤੁਸੀਂ ਸਹੀ ਹੋ ਜਾਓਗੇ, ਪਤਾ ਲੱਗ ਜੂ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂਗਾ। ਸਰਕਾਰੀ ਛੁੱਟੀ ਸੀ, ਉਹਨਾਂ ਵੱਲੋਂ ਇਸ ਚੀਜ਼ ਨੂੰ ਇਸ਼ੂ ਬਣਾਇਆ ਗਿਆ, ਇਸ਼ੂ ਬਣਾਇਆ ਜੇ ਸਰਕਾਰ ਨੇ 15 ਅਗਸਤ ਨੂੰ ਇੱਥੇ ਜੋ ਮਨਾਇਆ ਉਹਨਾਂ ਦਾ ਸ਼ਹੀਦੀ ਦਿਹਾੜਾ, ਅਤੇ ਉਹ ਛੁੱਟੀ ਦੇ ਅਗਲੇ ਕਰਤੀ 'ਚ ਛੁੱਟੀ, ਮੇਰਾ ਇਹਦੇ 'ਚ ਕੀ ਕਸੂਰ ਹੈ ਦੱਸੋ? ਇਹ ਹੁਣ ਮੇਰੇ ਨਾਂ ਨੂੰ ਉਹ ਬਦਨਾਮ ਕਰ ਰਿਹਾ। ਮੈਂ ਧਰਨਾ ਲਾਇਆ, ਲਾਈ ਜਾਵੇ, ਕੱਲ੍ਹ ਨੂੰ ਮੈਂ ਵੀ ਇਹਦੇ ਬਰਖਲਾਫ ਧਰਨਾ ਲਾ ਦੂੰਗਾ। ਮੈਂ ਹਾਈ ਕੋਰਟ ਜਾਊਂਗਾ, ਸੁਪਰੀਮ ਕੋਰਟ ਜਾਊਂਗਾ ਕਿ ਇਹਨੇ ਮੇਰੀ ਨਾਂ ਨੂੰ ਬਦਨਾਮ ਕੀਤਾ। ਖੈਰ, ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ 10 ਦਿਨ ਦਾ ਸਮਾਂ ਦਿੱਤਾ ਹੈ, ਤਾਂ ਜੋ 10 ਦਿਨਾਂ ਤੋਂ ਬਾਅਦ ਜੋ ਹੈ ਉਹ ਪੂਰੇ ਤੱਥਾਂ ਦੇ ਨਾਲ ਨਤੀਜੇ ਤੱਕ ਪਹੁੰਚਿਆ ਜਾ ਸਕੇ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।